ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤਾਂ ਵੀਰੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਜੌਨੀਅਰ ਟਰੈਕਟਰ ਦੀ ਸਾਊਂਡ ਮੋਡੀਫਿਕੇਸ਼ਨ ਬਾਰੇ ਕਿਉਂਕਿ ਕਈ ਵੀਰਾਂ ਦੇ ਕਮੈਂਟ ਆਉਂਦੇ ਹੁੰਦੇ ਆ ਇੰਸਟਾਗ੍ਰam ਤੇ ਮੈਸੇਜ ਵੀ ਆਉਂਦੇ ਆ ਕਿ ਜੌਨੀਅਰ ਟਰੈਕਟਰ ਦੀ ਜਿਹੜੀ ਸਾਊਂਡ ਮੋਡੀਫਿਕੇਸ਼ਨ ਉਹ ਕਿਵੇਂ ਹੁੰਦੀ ਹੈ ਤਾਂ ਜੇ ਕਿਸੇ ਵੀਰ ਦਾ ਸਭ ਨਾਲ ਪਹਿਲਾਂ ਕੋਈ ਕੁਐਸਚਨ ਹੁੰਦਾ ਨਾ ਕਮੈਂਟ ਕੀ ਬਰੀਡ ਨਹੀਂ ਹੁੰਦਾ ਤਾਂ ਇੰਸਟਾਗ੍ਰam ਤੇ ਫੋਲੋ ਕਰ ਲਓ ਆਈਡੀ ਮੈਂ ਤੁਹਾਨੂੰ ਥੱਲੇ ਮੈਂਸ਼ਨ ਕਰ ਦੂੰਗਾ ਤੇ ਆਈਡੀ ਤੁਹਾਨੂੰ ਸਕਰੀਨ ਤੇ ਵੀ ਸ਼ੋ ਹੋ ਜੂਗੀ ਆਪਣੀ ਜਾਂ ਕੇ ਫੋਲੋ ਕਰ ਲਓ ਤੇ ਮੈਸੇਜ ਕਰ ਲਿਓ ਯਾਰ ਇੱਕ ਥੋੜੀ ਜਿਹੜੀ ਪ੍ਰੋਬਲਮ ਉਹ ਆਈ ਥਿੰਕ 80% ਤੋ ਥੀਕੀਪ ਤਾਂ ਸੋਲਵ ਹੋ ਜਾਈਏ ਜੇ ਨਾ ਹੋਈ ਤਾਂ ਆਪਾਂ ਉੱਤੇ ਵੀਡੀਓ ਵੀ ਕਰਦਿਆ ਕਰਾਂਗੇ ਤਾਂ ਕਾਫੀ ਵੀਰ ਇਹ ਕਹਿੰਦੇ ਆ ਕਿ ਇਹਦੀ ਸਾਊਂਡ ਜਿਹੜੀ ਮੋਡੀਫਿਕੇਸ਼ਨ ਉਹ ਕਿਵੇਂ ਹੋਊਗੀ ਤਾਂ ਆਪਾਂ ਕੱਲ ਹੀ ਇਹਦੀ ਥੋੜੀ ਸਾਊਂਡ ਮੋਡੀਫਿਕੇਸ਼ਨ ਕਰੀ ਸੀਗੀ ਦੇਖ ਸਕਦੇ ਤੁਸੀਂ ਜਿਹੜਾ ਇਹਦਾ ਮਫਲਰ ਹੈ ਜੌਂਡੀਅਰ ਦਾ ਕੰਪਨੀ ਨੂੰ ਮਫਲਰ ਕਹਿੰਦੀ ਆ ਆਹ ਕੋਲ ਜਿਹੜਾ ਆਪਾਂ ਇਹਨੂੰ ਢੋਲਕ ਵੀ ਕਹਿ ਦਿੰਦੇ ਆ ਤਾਂ ਦੇਖ ਸਕਦੇ ਤੁਸੀਂ ਹੈਨਾ ਇਹ ਢੋਲਕੀ ਇਹਦੀ ਇਹ ਤੋਂ ਆਪਾਂ ਇਹਦੀ ਸਾਊਂਡ ਮੋਡੀਫਿਕੇਸ਼ਨ ਕਰੀ ਹੈ ਜੀ ਆਹ ਟਰੈਕਟਰ ਜੌਂਡੀਅਰ ਆਪਣਾ 50 ਤਾਂ ਹੁਣ ਮੈਂ ਤੁਹਾਨੂੰ ਇੱਕ ਸੌਣਾ ਪਹਿਲਾਂ ਇੱਕ ਗੱਲ ਦੱਸ ਦਿੰਦਾ ਜੇ ਤੁਸੀਂ ਆਪਦੇ ਟਰੈਕਟਰ ਦੀ ਸੌਣ ਨੂੰ ਮੋਡੀਫਿਕੇਸ਼ਨ ਕਰਨੀ ਹੈ ਯਾਨੀ ਕਿ ਮੋਡੀਫਾਈ ਕਰਨੀ ਹੈ ਜੇ ਸੌਣ ਤੁਸੀਂ ਆਪਦੇ ਟਰੈਕਟਰ ਦੀ ਤਾਂ ਤੁਸੀਂ ਜਿਹੜੀ origignal muffler ਦਾ ਉਹ ਨਹੀਂ ਯੂਜ਼ ਕਰਨਾ ਤੁਸੀਂ ਕਵਾੜੀ ਤੋਂ ਕੋਈ ਪੁਰਾਣਾ ਲਿਆਉਣਾ ਦੀ muffler ਖਰਾਬ ਕਰ ਲਿਆ origignal ਜਿਹਾ ਨਹੀਂ ਹੈ ਦਾ ਹਨਾ ਤਾਂ ਮੈਂ ਤੁਹਾਨੂੰ ਇਹੀ ਕਹਾਂ ਤੁਸੀਂ ਕੋਈ ਸਸਤਾ 4-500 ਰੁਪਏ ਮਿਲ ਜਾਂਦੀ ਹੈ ਪੁਰਾਣੀ ਟਰਾਲ ਕੀ ਉਹ ਲਿਆਓ ਉਹ ਤੇਹੀ ਜੀ ਟਰਾਈ ਕਰਿਓ ਜੇ ਤੁਹਾਨੂੰ ਪਸੰਦ ਆਈ ਤਾਂ ਰੱਖ ਲਿਓ ਜਨਾਬ ਪਸੰਦ ਆਈ ਤੁਸੀਂ ਉਹਨੂੰ ਲਾ ਕੇ ਰੱਖ ਦਿਓ origignal ਨਾਲ ਥੋੜੀ ਜਿਹੀ muffler ਆ ਉਹ ਰਹੇ ਜੂਗੀ ਹਨਾ ਤਾਂ ਮੈਂ ਤੁਹਾਨੂੰ ਸਾਰਾ ਪਹਿਲਾਂ ਦੱਸ ਦਿੰਦਾ ਐ ਇਹ ਜਿਹੜੀ ਸਾਊਂਡ ਮੋਡੀਫਿਕੇਸ਼ਨ ਉਹ ਕਿਵੇਂ ਹੁੰਦੀ ਐ ਫੀਟਿੰਗ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿਵੇਂ ਹੋਣੀ ਐ ਨਾ ਜਿਵੇਂ ਖੋਲੀ ਓਵੇਂ ਜੜ ਦੇਣੀ ਐ ਕੋਈ ਵੱਡਾ ਕੰਮ ਨਹੀਂ ਐ ਦੇ ਵਿੱਚ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਸਾਊਂਡ ਮੋਡੀਫਾਈ ਹੋਣੀ ਕਿਵੇਂ ਐ ਇਹ ਐ origignal muffler ਦਾ junior ਦਾ ਠੀਕ ਐ ਜੀ ਸਾਰਾ ਪਹਿਲਾਂ ਤੁਹਾਨੂੰ ਦੱਸਦਾ ਕਿ ਕਰਨਾ ਕੀ ਐ ਤੁਸੀਂ ਆਹ ਦੇਖੋ ਆਹ ਬਥਲੀ ਰੱਖਨੇ ਨੇ ਇਹਨੂੰ ਆਹ ਦੇਖੋ ਜੀ ਆਹ ਥੱਲੇ ਵਾਲ ਟਾਂਕੇ ਐ ਜੀ ਠੀਕ ਐ ਇਹ ਗ੍ਰੈਂਡਰ ਨਾਲ ਤੋੜ ਲੈਣੇ ਆ ਯਾਨੀ ਕਿ ਇਹ ਉੱਤੇ ਜਿਹੜਾ ਕਵਰ ਹੈ ਨਾ ਇਹ ਠੀਕ ਆ ਕਵਰ ਆ ਜਿਹੜਾ ਉੱਤੇ ਇਹਦੇ ਇਹੜਾ ਕਵਰ ਆ ਉੱਤੇ ਇਹ ਤੁਸੀਂ ਸਾਰਾ ਲਾ ਲੈਣਾ ਹੀ ਕਵਰ ਠੀਕ ਆ ਉਤੋਂ ਯਾਨੀ ਕਿ ਇਧਰ ਟਾਂਕੇ ਲੱਗੇ ਹੋਏ ਆ ਇਧਰ ਸਾਰੇ ਟਾਂਕੇ ਜੇ ਤੁਸੀਂ ਲਾ ਦੋਗੇ ਠੀਕ ਹੈ ਤੇ ਆਹ ਤਾਂ ਕਵਰ ਲੈ ਜੂ ਇਹਦੇ ਥੱਲੇ ਜਿਹੜੀ オリジナル ਢੋਲਕੀ ਆ ਜਾਣੀ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹਨੂੰ ਇੱਥੋਂ ਯਾਨੀ ਕਿ ਦੇਖ ਲਓ ਆਹ ਕਵਰ ਲੈਣ ਤੋਂ ਬਾਅਦ ਜਿਹੜੀ ਆਹ ਚੀਜ਼ ਆ ਠੀਕ ਹੈ ਇੱਥੋਂ ਇੱਕਦਮ ਇਹਨੂੰ ਗੋਲ ਕੱਟ ਲੈਣਾ ਠੀਕ ਹੈ ਤੁਸੀਂ ਪੂਰੀ ਢੋਲਕੀ ਨੂੰ ਕੱਟ ਦੇਣਾ ਠੀਕ ਹੈ ਇਹਦੇ ਦੋ ਹਿੱਸੇ ਹੋ ਜਾਣਗੇ ਉਸ ਤੋਂ ਬਾਅਦ ਇਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਵੀ ਜਾਲੀਆਂ ਹੋਣੀਆਂ ਐ ਇਧਰਲੀ ਸਾਈਡ ਦੋ ਜਾਲੀਆਂ ਉਹ ਤੁਸੀਂ ਯਾਨੀ ਕਿ ਵੈਲਡਿੰਗ ਵਾਲਾ ਜਿਹੜਾ ਬੰਦਾ ਇਹੀ ਕੰਮ ਕਰੂਗਾ ਜਿਹਦੇ ਕੋਲ ਵੈਲਡਿੰਗ ਵਾਲੀ ਮਸ਼ੀਨ ਹੋਈ ਤਾਂ ਉਹ ਉਹਨੂੰ ਯਾਨੀ ਕਿ ਪਘਲਾ ਦੇਣਾ ਤੁਸੀਂ ਯਾਨੀ ਕਿ ਵੜ ਦੇਣਾ ਵਿੱਚ ਉਹਨਾਂ ਨੂੰ ਗ੍ਰਾਈਂਡਰ ਨਾਲ ਵੜਦੇ ਨਹੀਂ ਜਾਂਦੀ ਤੁਸੀਂ ਵੈਲਡਿੰਗ ਵਾਲੀ ਮਸ਼ੀਨ ਨਾਲ ਉਹਨਾਂ ਨੂੰ ਯਾਨੀ ਕਿ ਨਾਲੋ ਹੀ ਲਾ ਦਿਓ ਠੀਕ ਹੈ ਕਰਮ ਕਰਮ ਕਰਕੇ ਤਾਂ ਇਧਰਲੀ ਸਾਈਡ ਇੱਕ ਇਹਦੇ ਵਿੱਚ ਇੱਕ ਨਾ ਬੰਨ ਲੱਗਿਆ ਹੁੰਦਾ ਵਿੱਚ ਇੱਕ ਬੰਨ ਨੂੰ ਵੀ ਤੁਸੀਂ ਵਿੱਚੋਂ ਉਵੇਂ ਹੀ ਲਾ ਦੇਣਾ ਵੈਲਡਿੰਗ ਵਾਲੀ ਮਸ਼ੀਨ ਨਾਲ ਤਾਂ ਇਧਰ ਇੱਕ ਥੋੜੀ ਜਾਲੀ ਹੋਊਗੀ ਉਹਨੂੰ ਵੀ ਉਵੇਂ ਤੇ ਸਾਰੀਆਂ ਯਾਨੀ ਕਿ ਵਿੱਚੋਂ ਸਾਰੀ ਢੋਲ ਕੀ ਖਾਲੀ ਕਰ ਦੇਣੀ ਆ ਠੀਕ ਹੈ ਜੇ ਤੁਸੀਂ ਢੋਲ ਕੀ ਖਾਲੀ ਕਰ ਕਰਕੇ ਵਿੱਚ ਤੁਸੀਂ ਪੈਪ ਸਿੱਧੀ ਪੈਪ ਪਾਉਣਾ ਚਾਹੁੰਦੇ ਹੋ ਤਾਂ ਉਹ ਵੀ ਵਧੀਆ ਹੈ ਜੇ ਨਹੀਂ ਪਾਉਣੀ ਤਾਂ ਵੀ ਕੋਈ ਲੋੜ ਨਹੀਂ ਕੀ ਠੀਕ ਹੈ ਜੇ ਹਾਂ ਤੁਸੀਂ ਪੈਪ ਪਾਉਂਗੇ ਥੋੜੀ ਸਾਊਂਡ ਜ਼ਿਆਦਾ ਹੋਣੀ ਹੈ ਜੇ ਪੈਪ ਨਾ ਪਾਉਂਗੇ ਫਿਰ ਥੋੜੀ ਸਾਊਂਡ ਘੱਟ ਹੋਣੀ ਹੈ ਠੀਕ ਹੈ ਇਹ ਕੰਮ ਕਰਕੇ ਉਵੇਂ ਤੁਸੀਂ ਠੀਕ ਹੈ ਜਿਵੇਂ ਉਹ ਢੋਲ ਕੀ ਲਾਈ ਸੀਗੀ ਉਹ ਤੇ ਨਿਸ਼ਾਨ ਲਾ ਲਓ ਪਹਿਲਾਂ ਸਿੱਧਾ ਇੱਕ ਜਿਵੇਂ ਵੱਡੀ ਸੀ ਨਿਸ਼ਾਨ ਮੈਚ ਕਰਕੇ ਉਵੇਂ ਵੈਲਡ ਕਰਕੇ ਉਹਨਾਂ ਨੂੰ ਬੰਦ ਕਰ ਦਿਓ ਤੇ ਇਹ ਕਵਰ ਉੱਤੇ ਉਹਨਾਂ ਦਾ ਲਾ ਦਿਓ ਜੇ ਨਹੀਂ ਲਾਉਣਾ ਤਾਂ ਵੀ ਨਾ ਲਾਓ ਠੀਕ ਹੋ ਤੁਹਾਡੀ ਮਰਜ਼ੀ ਆ ਆਪਾਂ ਇਹ ਲਾਤਾ ਸੀਗਾ ਤਾਂ ਆਹੀ ਕੰਮ ਹੈ ਸਾਊਂਡ ਮੋਡੀਫਿਕੇਸ਼ਨ ਕਰਨ ਵਾਸਤੇ ਕੋਈ ਵੱਡਾ ਕੰਮ ਨਹੀਂਗਾ ਪਰ ਤੁਸੀਂ ਇਹ ਜੀ ਕੰਮ ਜ਼ਰੂਰ ਕਰ ਲਓ ਇੱਕ ਢੋਲ ਕੀ ਪ੍ਰਾਣੀ ਜ਼ਰੂਰ ਲਿਆਓ ਜਿਹੜੀ オリジナル ਨਾਲ ਆਉਂਦੀ ਹੈ ਨਾ ਇਹ 2500 ਰੁਪਏ ਦੀ ਹੁੰਦੀ ਹੈ 2000 2500 ਦੀ ਇਹ ਖਰਾਬ ਨਾ ਕਰਿਓ ਹਨਾ ਤਾਂ ਹੁਣ ਆਪਾਂ ਤੁਹ Yeah. ਤਾਂ ਮੇਰੇ ਉਹ ਹੀ ਚਾਹੀਦੀ ਵੀਡੀਓ ਚਾਹੀ ਹੋਪ ਜਿਹੜੀ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੋਣੀ ਹੈ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਆਪਣੀ ਇੰਸਟਾਗ੍ਰam ਜਿਹੜੀ ਆਈਡੀ ਹੈ ਉਹਨੂੰ ਫੋਲੋ ਕਰ ਲਿਓ ਠੀਕ ਹੈ ਜੀ